ਕਰਦੇ ਕੀ ਮੇਰੇ ਹਾਲ ਸੀ? ਭਰਾ ਤੇ ਜੀ ਸੜਕ ਤੇ ਕੰਮ ਕਰਦੇ ਸੀਗੇ, ਵੀ ਉਹਨਾਂ ਦੇ ਅਲਗਾਜੀ ਨਾਲ ਟਰੱਕ ਚੜਾਇਆ ਗਿਆ, ਵੀ ਉਹਨਾਂ ਦਾ ਅਜੇ ਕੋਈ ਹੱਲ ਨਹੀਂ ਹੋਇਆ। 2 ਦਿਨਾਂ ਤੋਂ ਧਰਨੇ ਤੇ ਬੈਠੇ ਆ, ਵੀ ਜਿਹੜੇ ਇਹਨਾਂ ਦਾ ਮੁਆਵਜ਼ਾ ਉਸ ਉਹਨਾਂ ਨੂੰ ਮਿਲਣਾ ਚਾਹੀਦਾ। ਕੋਈ ਆਇਆ ਮਿਲਣ ਹੁਣ ਤੱਕ? ਨਾ ਜੀ, ਕੋਈ ਨਹੀਂ ਆਇਆ ਜੀ ਹੁਣ ਤੱਕ। ਕੀ ਮੰਗ ਕਰਦੇ ਸੀ? ਮੰਗ ਇਹੀ ਕਰਦੇ ਜੀ ਵੀ ਸਾਡੇ ਵੀ ਜਿਹੜੇ ਮੇਰੇ ਭਰਾ ਦਾ ਇਨਸਾਫ ਮਿਲਣਾ ਚਾਹੀਦਾ ਜੀ ਸਾਨੂੰ। ਕੌਣ ਕੌਣ ਨੇ ਪਰਿਵਾਰ ਦੇ ਵਿੱਚ? ਪਰਿਵਾਰ ਦੇ ਜੀ 2 ਮੁੰਡੇ ਨੇ ਉਹਨਾਂ ਦੇ, ਅਤੇ ਲੜਕੀਆਂ ਨੇਗੀਆਂ ਵੀ ਇਹੀ ਨੇਗੀ ਜੀ। ਕਿੰਨੀ ਉਮਰ? ਉਮਰ ਹੋਊਗੀ ਜੀ ਮੈਨੂੰ ਤਾਂ 60 ਸਾਲ ਦੀ ਉਮਰ ਹੋਣੀ ਉਹਨਾਂ ਦੀ। ਹਾਂਜੀ, ਨਰੇਗਾ 'ਚ ਕੰਮ ਕਰਦੇ? ਨਰੇਗਾ 'ਚ ਕਰਦੇ ਜੀ। ਅੱਗੇ ਵੀ ਪਹਿਲਾਂ ਮਤਲਬ ਕਿਸੇ ਦਾ ਰੋਡ 'ਤੇ ਕੰਮ ਕਰਦੇ ਜਾਂ ਪਿੰਡ 'ਚ ਕੰਮ ਕਰਦੇ? ਨਹੀਂ ਜੀ, ਰੋਡ 'ਤੇ ਵੀ ਕਰਦੇ, ਅੱਗੇ ਵੀ ਕਰਦੇ ਸੀਗੇ, ਵੀ ਐਤਕੀ ਵੀ ਕਰਦੇ ਨੇ। ਆ ਤਾਂ ਹੁਣ ਸਾਨੂੰ ਪਤਾ ਨਹੀਂ ਸੀ ਵਿਆਹ ਭਾਣਾ ਵਰਤੂਗਾ ਸਾਡੇ ਨਾਲ। ਕੀ ਨਾਮ ਆ ਤੁਹਾਡਾ ਅਤੇ ਹੁਣ ਕਿੱਥੇ ਗੱਲ ਕਰੀ ਹੈ? ਮੇਰਾ ਨਾਂ ਧਰਮਪਾਲ ਨਮੋਲ ਜੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ। ਦੇਖੋ, ਜਦੋਂ ਦੀ ਇਹ ਘਟਨਾ ਵਾਪਰੀ ਹੈਗੀ, ਲਗਾਤਾਰ ਪ੍ਰਸ਼ਾਸਨ ਵੱਲੋਂ ਅਤੇ ਪਿੰਡ ਦੇ ਕੁਝ ਸਿਆਸਤੀ ਲੋਕਾਂ ਵੱਲੋਂ ਆ ਜਿਹੜਾ ਇਹ ਘੋਲ ਨੂੰ ਖਰਾਬ ਕਰਨ ਦੇ ਲਈ, ਇਹਦੇ ਵਿੱਚ ਇਹਨੂੰ ਢਾਹ ਲਾਉਣ ਦੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇਗੀਆਂ, ਜਿਹਦੇ ਵਿੱਚੋਂ ਕੱਲ੍ਹ ਭਾਜਪਾ ਆਗੂ ਦਮਨ ਸਿੰਘ ਬਾਜਵਾ ਵੱਲੋਂ 2 ਪਰਿਵਾਰਾਂ ਦਾ ਜਿਹੜਾ ਉਹ ਸੰਸਕਾਰ ਕਰਾਇਆ ਗਿਆ ਅਤੇ ਘੋਲ ਦੇ ਵਿੱਚ ਪੂਰਾ ਵਿਘਨ ਪਾਇਆ ਗਿਆ ਹੈਗਾ। ਜਿਵੇਂ ਸਰਕਾਰ ਨੂੰ ਜਿੱਡਾ ਵੱਡਾ ਮਸਲਾ ਇਹਨੂੰ ਸਿਰਦਰਦੀ ਨਾਲ ਲੈਣਾ ਚਾਹੀਦਾ ਗਾ, ਹਾਲੇ ਤੱਕ ਕਿਉਂਕਿ ਸ਼ਹਿਰ ਦੇ ਵਿੱਚ ਵਿੱਤ ਮੰਤਰੀ ਸਾਹਿਬ ਵੀ ਉਰੇ ਬੈਠੇ ਨੇ, ਮੁੱਖ ਮੰਤਰੀ ਸਾਹਿਬ ਵੀ ਉਰੇ ਬੈਠੇ ਨੇ, ਅਤੇ ਕੈਬਨਿਟ ਮੰਤਰੀ ਅਮਰ ਅਰੋੜਾ ਜੀ ਵੀ ਉਰੇ ਬੈਠੇ ਨੇ, ਪਰ ਅਜੇ ਤੱਕ ਕਿਸੇ ਵੱਲੋਂ ਜਿੰਨੀ ਇਹ ਦੁਖਦਾਈ ਘਟਨਾ ਨਾ ਹੀ ਤਾਂ ਅਜੇ ਤੱਕ ਕੋਈ ਬਿਆਨ ਆਇਆ ਗਾ ਅਤੇ ਨਾ ਹੀ ਉਰੇ ਕੋਈ ਪਹੁੰਚਿਆ ਗਾ। ਇਸ ਕਰਕੇ ਸਰਕਾਰ ਜਿੰਨਾ ਇਹਨੂੰ ਇਸ ਮਸਲੇ 'ਤੇ ਚਿੰਤਿਤ ਹੋਣਾ ਚਾਹੀਦਾ, ਸਰਕਾਰ ਕੋਈ ਚਿੰਤਿਤ ਨਹੀਂ। ਅਸੀਂ ਮੰਗ ਦੇਖੋ ਇਹ ਕਰਦੇ ਹਾਂ ਕਿ ਪ੍ਰਤੀ ਪਰਿਵਾਰ ਮਗਰ 10-10 ਲੱਖ ਰੁਪਇਆ ਮੁਆਵਜ਼ਾ ਮਿਲਣਾ ਚਾਹੀਦਾ ਗਾ, ਪ੍ਰਤੀ ਪਰਿਵਾਰ ਨੂੰ ਆ ਜਿਹੜੀ ਉਹ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਆ, ਇਹਨਾਂ ਨੂੰ ਛੋਟੇ ਘਰਾਂ ਦੇ ਵਿੱਚ ਰਹਿ ਰਹੇ ਨੇ ਪਲਾਟ ਮਿਲਣਾ ਚਾਹੀਦਾ ਅਤੇ ਮਕਾਨ ਪਾਉਣ ਦੇ ਲਈ ਉਹਨੂੰ ਗ੍ਰਾਂਟ ਮਿਲਣੀ ਚਾਹੀਦੀ ਹੈਗੀ। ਹਾਂਜੀ ਹਾਂ, ਅਸੀਂ ਹਾਈਵੇ ਲਗਾਤਾਰ 3 ਦਿਨਾਂ ਤੋਂ ਜਾਮ ਕੀਤਾ ਹੋਇਆ ਹੈਗਾ ਅਤੇ ਇਹ ਸੰਘਰਸ਼ ਅਸੀਂ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਨੇ ਜਿਹੜੀਆਂ ਪੂਰੀਆਂ ਨਹੀਂ ਹੋ ਜਾਂਦੀਆਂ। 2 ਮਰੀਜ਼ਾਂ ਦੀਆਂ ਜੀ ਉਹ ਸੁਨਾਮ ਹੋਸਪਿਟਲ ਦੇ ਵਿੱਚ ਨੇ, ਸਰਕਾਰੀ ਹੋਸਪਿਟਲ। ਸੰਸਕਾਰ ਦੇਖੋ, ਜਦੋਂ ਸਾਡੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ, ਸਾਡੇ ਪਰਿਵਾਰਾਂ ਨੂੰ ਇਨਸਾਫ ਮਿਲ ਜੂਗਾ, ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਸੰਸਕਾਰ ਆ ਉਹ ਕੀਤਾ ਜਾਊਗਾ। ਉਹਨਾਂ ਮੇਰੇ ਭਰਾ ਤੇ ਜੀ ਸੜਕ ਤੇ ਕੰਮ ਕਰਦੇ ਸੀਗੇ, ਵੀ ਉਹਨਾਂ ਦੇ ਅਲਗਾਜੀ ਨਾਲ ਟਰੱਕ ਚੜਾਇਆ ਗਿਆ, ਵੀ ਉਹਨਾਂ ਦਾ ਅਜੇ ਕੋਈ ਹੱਲ ਨਹੀਂ ਹੋਇਆ। 2 ਦਿਨਾਂ ਤੋਂ ਧਰਨੇ ਤੇ ਬੈਠੇ ਆ, ਵੀ ਜਿਹੜੇ ਇਹਨਾਂ ਦਾ ਮੁਆਵਜ਼ਾ ਉਸ ਉਹਨਾਂ ਨੂੰ ਮਿਲਣਾ ਚਾਹੀਦਾ। ਕੋਈ ਆਇਆ ਮਿਲਣ ਹੁਣ ਤੱਕ? ਨਾ ਜੀ, ਕੋਈ ਨਹੀਂ ਆਇਆ ਜੀ ਹੁਣ ਤੱਕ। ਕੀ ਮੰਗ ਕਰਦੇ ਸੀ? ਮੰਗ ਇਹੀ ਕਰਦੇ ਜੀ ਵੀ ਸਾਡੇ ਵੀ ਜਿਹੜੇ ਮੇਰੇ ਭਰਾ ਦਾ ਇਨਸਾਫ ਮਿਲਣਾ ਚਾਹੀਦਾ ਜੀ ਸਾਨੂੰ। ਕੌਣ ਕੌਣ ਨੇ ਪਰਿਵਾਰ ਦੇ ਵਿੱਚ? ਪਰਿਵਾਰ ਦੇ ਜੀ 2 ਮੁੰਡੇ ਨੇ ਉਹਨਾਂ ਦੇ, ਅਤੇ ਲੜਕੀਆਂ ਨੇਗੀਆਂ ਵੀ ਇਹੀ ਨੇਗੀ ਜੀ। ਕਿੰਨੀ ਉਮਰ? ਉਮਰ ਹੋਊਗੀ ਜੀ ਮੈਨੂੰ ਤਾਂ 60 ਸਾਲ ਦੀ ਉਮਰ ਹੋਣੀ ਉਹਨਾਂ ਦੀ। ਹਾਂਜੀ, ਨਰੇਗਾ 'ਚ ਕੰਮ ਕਰਦੇ? ਨਰੇਗਾ 'ਚ ਕਰਦੇ ਜੀ। ਅੱਗੇ ਵੀ ਪਹਿਲਾਂ ਮਤਲਬ ਕਿਸੇ ਦਾ ਰੋਡ 'ਤੇ ਕੰਮ ਕਰਦੇ ਜਾਂ ਪਿੰਡ 'ਚ ਕੰਮ ਕਰਦੇ? ਨਹੀਂ ਜੀ, ਰੋਡ 'ਤੇ ਵੀ ਕਰਦੇ, ਅੱਗੇ ਵੀ ਕਰਦੇ ਸੀਗੇ, ਵੀ ਐਤਕੀ ਵੀ ਕਰਦੇ ਨੇ। ਆ ਤਾਂ ਹੁਣ ਸਾਨੂੰ ਪਤਾ ਨਹੀਂ ਸੀ ਵਿਆਹ ਭਾਣਾ ਵਰਤੂਗਾ ਸਾਡੇ ਨਾਲ। ਕੀ ਨਾਮ ਆ ਤੁਹਾਡਾ ਅਤੇ ਹੁਣ ਕਿੱਥੇ ਗੱਲ ਕਰੀਏ? ਮੇਰਾ ਨਾਂ ਧਰਮਪਾਲ ਨਮੋਲ ਜੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ। ਦੇਖੋ, ਜਦੋਂ ਦੀ ਇਹ ਘਟਨਾ ਵਾਪਰੀ ਹੈਗੀ, ਲਗਾਤਾਰ ਪ੍ਰਸ਼ਾਸਨ ਵੱਲੋਂ ਅਤੇ ਪਿੰਡ ਦੇ ਕੁਝ ਸਿਆਸਤੀ ਲੋਕਾਂ ਵੱਲੋਂ ਆ ਜਿਹੜਾ ਇਹ ਘੋਲ ਨੂੰ ਖਰਾਬ ਕਰਨ ਦੇ ਲਈ, ਇਹਦੇ ਵਿੱਚ ਇਹਨੂੰ ਢਾਹ ਲਾਉਣ ਦੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇਗੀਆਂ, ਜਿਹਦੇ ਵਿੱਚੋਂ ਕੱਲ੍ਹ ਭਾਜਪਾ ਆਗੂ ਦਮਨ ਸਿੰਘ ਬਾਜਵਾ ਵੱਲੋਂ 2 ਪਰਿਵਾਰਾਂ ਦਾ ਜਿਹੜਾ ਉਹ ਸੰਸਕਾਰ ਕਰਾਇਆ ਗਿਆ ਅਤੇ ਘੋਲ ਦੇ ਵਿੱਚ ਪੂਰਾ ਵਿਘਨ ਪਾਇਆ ਗਿਆ ਗਾ। ਜਿਵੇਂ ਸਰਕਾਰ ਨੂੰ ਜਿੱਡਾ ਵੱਡਾ ਮਸਲਾ ਇਹਨੂੰ ਸਿਰਦਰਦੀ ਨਾਲ ਲੈਣਾ ਚਾਹੀਦਾ ਗਾ, ਹਾਲੇ ਤੱਕ ਕਿਉਂਕਿ ਸ਼ਹਿਰ ਦੇ ਵਿੱਚ ਵਿੱਤ ਮੰਤਰੀ ਸਾਹਿਬ ਵੀ ਉਰੇ ਬੈਠੇ ਨੇ, ਮੁੱਖ ਮੰਤਰੀ ਸਾਹਿਬ ਵੀ ਉਰੇ ਬੈਠੇ ਨੇ, ਅਤੇ ਕੈਬਨਿਟ ਮੰਤਰੀ ਅਮਰ ਅਰੋੜਾ ਜੀ ਵੀ ਉਰੇ ਬੈਠੇ ਨੇ,
ਪਰ ਅਜੇ ਤੱਕ ਕਿਸੇ ਵੱਲੋਂ ਜਿੰਨੀ ਇਹ ਦੁਖਦਾਈ ਘਟਨਾ ਨਾ ਹੀ ਤਾਂ ਅਜੇ ਤੱਕ ਕੋਈ ਬਿਆਨ ਆਇਆ ਗਾ ਅਤੇ ਨਾ ਹੀ ਉਰੇ ਕੋਈ ਪਹੁੰਚਿਆ ਗਾ। ਇਸ ਕਰਕੇ ਸਰਕਾਰ ਜਿੰਨਾ ਇਹਨੂੰ ਇਸ ਮਸਲੇ 'ਤੇ ਚਿੰਤਿਤ ਹੋਣਾ ਚਾਹੀਦਾ, ਸਰਕਾਰ ਕੋਈ ਚਿੰਤਿਤ ਨਹੀਂ। ਅਸੀਂ ਮੰਗ ਦੇਖੋ ਇਹ ਕਰਦੇ ਹਾਂ ਕਿ ਪ੍ਰਤੀ ਪਰਿਵਾਰ ਮਗਰ 10-10 ਲੱਖ ਰੁਪਇਆ ਮੁਆਵਜ਼ਾ ਮਿਲਣਾ ਚਾਹੀਦਾ ਗਾ। ਪ੍ਰਤੀ ਪਰਿਵਾਰ ਨੂੰ ਆ ਜਿਹੜੀ ਉਹ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਆ। ਇਹਨਾਂ ਨੂੰ ਛੋਟੇ ਘਰਾਂ ਦੇ ਵਿੱਚ ਰਹਿ ਰਹੇ ਨੇ, ਪਲਾਟ ਮਿਲਣਾ ਚਾਹੀਦਾ ਅਤੇ ਮਕਾਨ ਪਾਉਣ ਦੇ ਲਈ ਉਹਨੂੰ ਗ੍ਰਾਂਟ ਮਿਲਣੀ ਚਾਹੀਦੀ ਹੈਗੀ। ਹਾਂਜੀ ਹਾਂ, ਅਸੀਂ ਹਾਈਵੇ ਲਗਾਤਾਰ 3 ਦਿਨਾਂ ਤੋਂ ਜਾਮ ਕੀਤਾ ਹੋਇਆ ਹੈਗਾ ਅਤੇ ਇਹ ਸੰਘਰਸ਼ ਅਸੀਂ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਨੇ ਜਿਹੜੀਆਂ ਪੂਰੀਆਂ ਨਹੀਂ ਹੋ ਜਾਂਦੀਆਂ। ਦੋ ਮਰੀਜ਼ਾਂ ਦੀਆਂ ਡੈਡ ਬੋਡੀਆਂ ਜੀ, ਉਹ ਸੁਨਾਮ ਹੋਸਪਿਟਲ ਦੇ ਵਿੱਚ ਜੀ, ਸਰਕਾਰੀ ਹੋਸਪਿਟਲ। ਸੰਸਕਾਰ ਦੇਖੋ ਜਦੋਂ ਸਾਡੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ, ਸਾਡੇ ਪਰਿਵਾਰਾਂ ਨੂੰ ਇਨਸਾਫ ਮਿਲ ਜੂਗਾ, ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਸੰਸਕਾਰ ਆ ਉਹ ਕੀਤਾ ਜਾਊਗਾ। ਉਹਨਾਂ